ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਕਰੋਨਾ ਬਿਮਾਰੀ 'ਤੇ ਚੱਲਦੇ ਹੋਇਆ ਬਿਆਨ ਸਿੰਘ ਮੁਹੱਲੇ ਦੇ ਵਿੱਚ ਜੋ ਕਿ ਦੁਆ ਅੱਜ ਤੋਂ ਛਿੜਕਾ ਰਹੇ ਹਾਂ, ਕਿਉਂਕਿ ਬਿਮਾਰੀ ਜਿਹੜੀ ਹੈ ਇਹਦਾ ਮੁਕਾਬਲਾ ਸਾਰਿਆਂ ਨੇ ਰਲ ਕੇ ਕਰਨਾ ਹੈ। ਅਤੇ ਇਹ ਜੋ ਕਿ ਹੁਣ ਅੱਜ ਤੋਂ ਸਾਰੇ ਮੁਹੱਲੇ ਵਿੱਚ ਦਵਾਈ ਛਿੜਕਾਈ ਜਾਵੇਗੀ ਇਸ ਇਲਾਕੇ ਦੇ ਵਿੱਚ, ਅਤੇ ਤਾਂ ਜੋ ਕਿਸੇ ਨੂੰ ਵੀ ਕੋਈ ਬਿਮਾਰੀ ਤੋਂ ਅਸੀਂ ਰਹਿਤ ਪਾ ਸਕੀਏ। ਅਸੀਂ ਆਪਣੇ ਘਰਾਂ ਵਿੱਚ ਰਹਿ ਕੇ ਹੀ ਇਸ ਬਿਮਾਰੀ ਦਾ ਮੁਕਾਬਲਾ ਕਰਨਾ ਹੈ। ਜੋ ਸਾਨੂੰ ਪ੍ਰਸ਼ਾਸਨ ਕਹਿੰਦਾ ਹੈ ਉਸ ਦੇ ਉੱਤੇ ਅਮਲ ਕਰੀਏ ਅਤੇ ਆਪਣੀਆਂ ਜ਼ਿੰਦਗੀਆਂ ਨੂੰ ਬਚਾਈਏ, ਕਿਉਂਕਿ ਇਸ ਦੇ ਨਾਲ ਲੜਾਈ ਇਸੇ ਤਰ੍ਹਾਂ ਹੀ ਹੋਣੀ ਹੈ ਕਿ ਆਪਣੇ ਘਰ ਦੇ ਵਿੱਚ ਹੀ ਰਹਿ ਕੇ ਚੰਗਾ ਹੈ। ਅਤੇ ਮੈਂ ਸਾਰਿਆਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਆਪਣੇ ਘਰਾਂ ਵਿੱਚ ਰਹੋ, ਕੰਮ ਤੋਂ ਬਗੈਰ ਕਿਤੇ ਨਾ ਜਾਓ, ਆਪਣੇ ਕੰਮ ਹੈ ਤਾਂ ਜਾਓ, ਨਹੀਂ ਤਾਂ ਆਪਣੇ ਘਰਾਂ 'ਚ ਰਹੋ। ਮੂੰਹ 'ਤੇ ਬੰਨ੍ਹ ਕੇ ਚਲੋ, ਮੂੰਹ 'ਤੇ ਮਾਸਕ ਬੰਨ੍ਹ ਕੇ ਹੀ ਨਿਕਲਣਾ ਚਾਹੀਦਾ ਹੈ, ਇਸ ਲਈ ਸਾਡਾ ਇਹਦੇ ਵਿੱਚ ਹੀ ਬਚਾਅ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਆਪਣੀਆਂ ਇਸ ਜ਼ਿੰਦਗੀਆਂ ਨੂੰ ਬਚਾਈਏ, ਘਰਾਂ 'ਚ ਰਹਿ ਕੇ ਹੀ ਪ੍ਰਸ਼ਾਸਨ ਦਾ ਸਹਿਯੋਗ ਦੇਈਏ, ਕਿਉਂਕਿ ਪ੍ਰਸ਼ਾਸਨ ਬਹੁਤ ਬਹੁਤ ਸਾਡੇ ਨਾਲ ਸਹਿਯੋਗ ਕਰ ਰਿਹਾ ਹੈ। ਅਤੇ ਇਹ ਜਿਹੜੀ ਦਵਾਈ ਆ ਹੁਣ ਸਾਰੇ ਇਲਾਕੇ ਵਿੱਚ ਛਿੜਕਾਈ ਜਾ ਰਹੀ ਹੈ। ਬੇਅੰਤ ਨਗਰ ਮੁਹੱਲਾ ਵਿੱਚ ਮੋਹਨ ਨੰਬਿਆਰ ਪ੍ਰੋਫੈਸਰ ਕੋਲੋਨੀ ਨਿਊ ਬੇਅੰਤ ਨਗਰ ਲਾਰ ਹਰਜਿੰਦਰ ਸਿੰਘ ਢੀਂਡਸਾ ਜੀ ਵੀ ਬਹੁਤ ਇਹਦੇ ਵਿੱਚ ਸਹਿਯੋਗ ਦੇ ਰਹੇ ਹਨ। ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਹੁਤ ਖਤਰਨਾਕ ਹੈ, ਇਹ ਕਰਕੇ ਬੇਅੰਤ ਨਗਰ ਮੁਹੱਲੇ ਦੇ ਵਿੱਚ ਕੱਲ੍ਹ ਵੀ ਦਵਾਈ ਛਿਣਕੀ ਆ, ਅੱਜ ਫਿਰ ਦਵਾਈ ਛਿਣਕਣੀ ਹੈ ਜਿਹੜੇ ਘਰ ਰਹਿ ਗਏ ਸੀ। ਮੇਰੀ ਬੇਨਤੀ ਆ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਸਾਂਭੋ, ਮੂੰਹ ਬੰਨ ਕੇ ਬਾਹਰ ਆਓ, ਅਤੇ ਕੋਈ ਜ਼ਰੂਰੀ ਕੰਮ ਆ ਤਾਂ ਬਾਹਰ ਜਾਓ, ਨਹੀਂ ਤਾਂ ਜੋ ਗੌਰਮੈਂਟ ਉਪਰਾਲਾ ਕਰ ਰਹੀ ਹੈ ਉਹਦੇ ਉਪਰਾਲੇ ਚੱਲਣ ਦੀ ਕੀਮਤ 'ਤੇ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਅੱਜ ਮੁਹੱਲਾ ਸਾਡੇ ਬੇਅੰਤ ਨਗਰ ਵਿੱਚ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਕਰੋਨਾ ਵਾਇਰਸ ਨੂੰ ਖਤਮ ਕਰਨ ਦੇ ਲਈ। ਅਤੇ ਸਾਡੇ ਸਹਿਯੋਗਦਾਰ ਜਿਹੜੇ ਨੇ ਉਹਨੇ ਸਰਦਾਰ ਜੀ ਢੀਂਡਸਾ ਸਾਹਿਬ ਨੇ ਸੇਵਾ ਕਰਾਈ ਹੈ ਮੁਹੱਲੇ ਦੇ ਵਿੱਚ। ਅਤੇ ਸਾਡੇ ਬਾਬਾ ਜੀ ਜਿਨ੍ਹਾਂ ਨੇ ਗੱਡੀ ਚਲਾ ਕੇ ਕਰੋਨਾ ਵਾਇਰਸ ਦੀ ਦਵਾਈ ਛਿੜਕਾਉਣ ਦੇ ਵਿੱਚ ਯੋਗਦਾਨ ਦਿੱਤਾ ਹੈ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਸਾਰੇ ਯਾਰਾਂ ਦੋਸਤਾਂ ਭਰਾਵਾਂ ਵੱਲੋਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕੀਤਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਕਰੋਨਾ ਵਾਇਰਸ ਕਰਕੇ ਅਸੀਂ ਆਹ ਗੱਡੀ ਤਿਆਰ ਕੀਤੀ ਆ ਸਪਰੇਅ ਕਰਨ ਵਾਸਤੇ ਜਗ੍ਹਾ ਜਗ੍ਹਾ, ਤਾਂ ਅਸੀਂ ਇਹ ਚਾਹੁੰਦੇ ਹਾਂ ਵੀ ਤੁਸੀਂ ਜਿੰਨਾ ਵੀ ਬਿਮਾਰੀ ਤੋਂ ਬਚ ਸਕੋ ਬਚੋ, ਬਿਮਾਰੀ ਬਹੁਤ ਭਿਆਨਕ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਰੋਨਾ ਵਾਇਰਸ ਕਰਕੇ ਮਹਾਂਮਾਰੀ ਫੈਲੀ ਹੋਈ ਆ, ਉਸ ਕਰਕੇ ਆਹ ਗੱਡੀ ਵੀ ਤਿਆਰ ਕੀਤੀ ਸੀ। ਅਤੇ 15 ਦਿਨ ਹੋ ਗਏ ਸਾਨੂੰ ਜਗ੍ਹਾ ਜਗ੍ਹਾ 'ਤੇ ਜਿੱਥੇ ਵੀ ਕੋਈ ਲੋੜਵੰਦ ਫੋਨ ਕਰਦਾ ਉੱਥੇ ਜਾ ਕੇ ਅਸੀਂ ਸਪਰੇਅ ਕਰੀਦੀ ਆ ਕਿ ਸ਼ਾਇਦ ਕਰੋਨਾ ਵਾਇਰਸ ਜੇ ਮਰ ਜਾਵੇ ਤਾਂ ਅੱਗੇ ਜਿਹੜੀ ਇਹ ਬਿਮਾਰੀ ਉਹ ਇਲਾਕੇ 'ਚ ਨਾ ਫੈਲੇ। ਤਾਂ ਇਸ ਗੱਡੀ ਦੇ ਨਾਲ ਨਾਲ ਸਾਨੂੰ ਹੋਰ ਵੀ ਕਈ ਚੀਜ਼ਾਂ ਚਾਹੀਦੀਆਂ ਹੁੰਦੀਆਂ, ਜਿਸ 'ਚ ਸਾਡੇ ਜਿਹੜੇ ਜਲੰਧਰ ਦੇ ਫਾਇਰ ਬ੍ਰਿਗੇਡ ਵਾਲੇ ਆ ਭਗਤ ਜੀ ਹੈਗੇ ਉਹ ਸਾਡਾ ਬੜਾ ਸਹਿਯੋਗ ਦੇ ਰਹੇ ਆ, ਬਹੁਤ ਜ਼ਿਆਦਾ ਵਧੀਆ ਹੁੰਦੇ ਆ। ਅਤੇ ਇੱਕ ਇਹ ਗੱਲ ਆ ਕਿ ਪ੍ਰਸ਼ਾਸਨ ਕੋਲ ਗੱਡੀਆਂ ਹੈਗੀਆਂ ਬਹੁਤ ਸਾਰੀਆਂ ਫਾਇਰ ਬ੍ਰਿਗੇਡ ਦੀਆਂ ਵੱਡੀਆਂ ਵੱਡੀਆਂ, ਪਰ ਉਹ ਗੱਡੀਆਂ ਗਲੀ 'ਚ ਨਹੀਂ ਜਾਂਦੀਆਂ। ਹੁਣ ਜਿੱਥੇ ਵੀ ਕੋਈ ਕਰੋਨਾ ਵਾਇਰਸ ਦਾ ਮਰੀਜ਼ ਆਵੇ ਜਾਂ ਕਿਤੇ ਵੀ ਗਲੀਆਂ 'ਚ ਗੱਡੀ ਚਾਹੀਦੀ ਹੋਵੇ ਛੋਟੀ ਛਿੜਕਾਉਣ ਲਈ, ਉਹ ਫਿਰ ਸਾਨੂੰ ਫੋਨ ਕਰਦੇ ਆ, ਅਸੀਂ ਅੱਧੀ ਰਾਤ ਨੂੰ ਵੀ ਜਾਈਦਾ ਉਹਨਾਂ ਦੇ ਨਾਲ, ਤਾਂ ਜਿੱਥੇ ਜਿੱਥੇ ਛਿੜਕਾਅ ਕਰਨ ਦੀ ਲੋੜ ਆ ਉੱਥੇ ਛਿੜਕਾਅ ਕਰੀਦਾ। ਮੈਂ ਸਾਰਿਆਂ ਨੂੰ ਅਪੀਲ ਤਾਂ ਬੇਨਤੀ ਇਹ ਕਰਦਾ ਹਾਂ ਜਿੰਨੇ ਵੀ ਬੰਦੇ ਇੰਨੀ ਸਾਰੀ ਸੇਵਾ ਕਰ ਰਹੇ ਆ, ਜੇ ਉਹਨਾਂ ਕੋਲ ਛੋਟਾ ਹਾਥੀ ਛੋਟੀ ਗੱਡੀ ਕੋਈ ਵੀ ਆ, ਉਹ 'ਚ ਇੱਕ ਪਾਣੀ ਦੀ ਟੈਂਕੀ ਰੱਖੇ, ਆ ਪੰਪ ਵਗੈਰਾ, ਜਿਹੜਾ ਜਿਹੜਾ ਵੀ ਬੰਦਾ ਇਸ ਕਰੋਨਾ ਵਾਇਰਸ ਕਰਕੇ ਇਸ ਲੜਾਈ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ, ਉਹਦੇ ਕੋਲ ਛੋਟੀ ਵੱਡੀ ਗੱਡੀ ਜੋ ਵੀ ਕੁਛ ਹੈਗਾ ਘੜੀ ਪਿਆ ਜਿਹਦੇ ਕੋਲ ਵੀ, ਇੱਕ ਟੈਂਕੀ ਰੱਖੇ, ਛੋਟਾ ਮੋਟਾ ਪੰਪ ਰੱਖੇ, ਜੇ ਸਾਡੀ ਲੋੜ ਆ ਸਾਨੂੰ ਦੱਸੇ, ਅਸੀਂ ਆ ਕੇ ਉਹਦੀ ਗੱਡੀ ਤਿਆਰ ਕਰਨ 'ਚ ਮਦਦ ਕਰਾਂਗੇ, ਤਾਂ ਉਹ ਵੀ ਨਿਕਲੇ ਘਰੋਂ ਘਰੀ ਅਤੇ ਆਪਣੇ ਮੁਹੱਲੇ 'ਚ ਜਿੱਥੇ ਵੀ ਲਾਗੇ ਛਾਗੇ ਲੱਗਦਾ ਉੱਥੇ ਦਵਾਈਆਂ ਸਪਰੇਅ ਕਰੇ ਜਿਹਦੇ ਨਾਲ ਇਹ ਬਿਮਾਰੀ ਅੱਗੇ ਨਾ ਫੈਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।